ਛੋਟੀਆਂ ਵੱਡੀਆਂ ਮਾਈਆਂ ਨੂੰ ਅਸਲਾਮ ਅਲੈਕਮ। ਮੈਂ ਬੋਲ ਰਹੀ ਹਾਂ ਅੰਜਮ ਚੌਧਰੀ ਪਾਕਪਤਨ ਤੋਂ। ਅਸ਼ਫਾਕ ਦੀ ਮੈਂ ਮੂਵੀ ਦੇਖੀ ਆ, ਮੈਂ ਉਹਦਾ ਜਵਾਬ ਦੇ ਰਹੀ ਹਾਂ। ਕਿਸੇ ਨਾਲ ਮੇਰੀ ਕੋਈ ਅਦਾਵਤ ਨਹੀਂ, ਸਿਰਫ ਅਸ਼ਫਾਕ ਨੂੰ ਮੈਂ ਗੱਲ ਕਹਿ ਰਹੀ ਹਾਂ, ਅਤੇ ਅਸ਼ਫਾਕ ਗੌਰ ਨਾਲ ਸੁਣ ਲੈ, ਅਤੇ ਤੁਸੀਂ ਵੀ ਸੁਣ ਲੈਣਾ ਵੱਡਿਓ ਛੋਟਿਓ ਕਿ ਮੈਂ ਗੁਰੂ ਅੰਜਮ ਕੀ ਰਹਿ ਰਹੀ ਹਾਂ। ਇਹਨੂੰ ਪੁੱਛੋ ਕੌਣ ਕਿਸੇ ਨੂੰ ਚੇਲਾ ਕਹਿੰਦਾ। ਪਾਕਪਤਨ 'ਚ ਮੈਂ ਸਚੀਏ ਵੀ ਭੇਜ ਦਿੱਤੇ ਆ। ਪਾਕਪਤਨ 'ਚ ਆ ਕੇ ਜਿਹਨੂੰ ਮਰਜ਼ੀ ਪੁੱਛ ਲਓ, ਇਹ ਅਸ਼ਫਾਕ ਉਰਫ ਉੱਚਾ ਘੋੜਾ ਸੈਮਾ ਜਾਨ ਇਹ ਕਿਹਦੀ ਚੇਲਾ ਵਾ? ਮੈਂ ਮਾਲਕ ਬੈਠਾਂ, ਇਹ ਮੈਨੂੰ ਦੱਸਣ ਡਈ ਉੱਥੇ ਆ ਜਾ, ਭਾਈ ਫੇਰੂ ਆ ਜਾ, ਮਾਂਗਾ ਮੰਡੀ ਆ ਜਾ, ਮੇਰਾ ਪਾਣੀ 'ਚ ਘਰ ਨਹੀਂ। ਮੈਂ ਨਹੀਂ ਡਰਦੀ, ਮੈਂ ਜ਼ਨਾਨਾ ਵਾਂ, ਅਤੇ ਤੋਪਾਂ ਨਹੀਂ ਬੀੜੀਆਂ ਹੋਈਆਂ। ਜਿੱਥੇ ਕੋਈ ਵੱਡੇ ਸੱਦਣਗੇ ਮੈਂ ਆਵਾਂਗੀ ਇਨਸ਼ਾਲਾ ਤਾਲਾ, ਔਰ ਮੈਂ ਸਚੀਏ ਲੈ ਕੇ ਆਵਾਂਗੀ। ਅੱਗੇ ਤੂੰ ਮੈਨੂੰ ਇਕੱਲੀ ਨੂੰ ਲਿਜਾ ਕੇ ਪੇਸ਼ਾ ਕੀਤਾ ਅਤੇ ਫਿਰ ਤੂੰ ਮੁੱਕਰ ਗਈ ਆ। ਨੂਰਪੁਰ ਤੂੰ ਡੇਰਾ ਬਣਾਇਆ, ਉੱਥੇ ਚੇਲੇ ਕੀਤੇ, ਉੱਥੇ ਸਾਲਗਿਰਾ ਕਰਦੀ ਸੀ, ਉੱਥੇ ਮੈਂ ਜਾਣੀ ਸੀ, ਉੱਥੇ ਸੋਨੀਆ ਆਉਂਦੀ ਸੀ, ਕਰੂਬੀ ਆਉਂਦੀ ਸੀ, ਉਹਨਾਂ ਨੂੰ ਤੇਰਾ ਪਤਾ ਸੀ ਤੂੰ ਕੌਣ ਆ ਤਾਂ ਕਿੱਥੋਂ ਆ? ਵੇ 30-35 ਸਾਲ ਦਾ ਹੋ ਗਿਆ ਤੂੰ ਇੱਥੋਂ ਗਿਆ, ਵੇ ਤੂੰ ਆਂਡੇ ਵੇਚੇ, ਮਿੱਲਾਂ 'ਚ ਰੋਟੀਆਂ ਪਕਾਈਆਂ, ਵੇ ਤੈਨੂੰ ਮਿੱਲਾਂ 'ਚ ਮੈਂ ਲਵਾਇਆ, ਵੇ ਆ ਜਿਹੜਾ ਇੱਥੇ ਕੰਮ ਕਰਦਾ ਹਮ ਤੂੰ ਮੈਨ ਗਹਿਣ ਉਹਦੀ ਉਸਤਾਦ ਮੈਂ ਆ, ਤੂੰ ਮੈਨੂੰ ਕਹਿਣ ਡਿਆ? ਨੀ ਗੰਦੀਏ ਬੋਟੀਏ, ਨੀ ਤੂੰ ਜਨਾਨਾ ਤਾਂ ਬਣ, ਨੀ ਤੈਨੂੰ ਸਾਰੇ ਉੱਥੇ ਗੰਦਾ ਕਹਿੰਦੇ ਆ ਕਿ ਤੇਰੇ ਮਾਲਕ ਪਾਕਪਤਨ ਵਾ, ਤੂੰ ਰਹਿਣਾ ਮੇਰੇ ਉੱਥੇ ਹੀ ਆ ਥੱਲੇ ਹੀ, ਤੂੰ ਬਾਹਰ ਨਹੀਂ ਨਿਕਲ ਸਕਦਾ ਜਿੰਨਾ ਮਰਜ਼ੀ ਨੱਠ ਲਾ, ਮੈਂ ਤੈਨੂੰ ਮਾਫ਼ ਨਹੀਂ ਕਰਨਾ, ਮੈਂ ਤੇਰਾ ਪੇਸ਼ਾ ਲੈਣਾ। ਤੂੰ ਕਿਸੇ ਚੇਲੇ ਦਾ ਹੁੱਕਾ ਪਾਣੀ ਤਾਂ ਬੰਦ ਕਰ, ਤੂੰ ਕਿਸੇ ਚੇਲੇ ਦੀ ਕੋਈ ਕਲਾਮ ਤਾਂ ਕਰ, ਫਿਰ ਆਵੀਂ ਨਾ ਮੇਰੇ ਅੱਜ। ਲਾਹੌਰੀਏ ਜ਼ਿੰਦਾਬਾਦ, ਉਹਨਾਂ ਨੇ ਕਿਹਾ ਸੀ ਬਾਜੀ ਤੇਰੇ ਤਾਬੇਦਾਰ ਆ, ਬਿਸਮਿਲਾ। ਉਹ ਜ਼ਨਾਨੇ ਖੁਸਰੇ ਬੱਜੇ ਆ ਜਿਹਨਾਂ ਨੂੰ ਮੈਂ ਕਿਹਾ ਸੀ ਤੇਰੇ ਤਾਬੇਦਾਰ ਵਾਂ, ਵੇ ਜੂਠਾ ਤੂੰ ਚੇਲਾ ਹੋ ਕੇ ਮੁੱਕਰ ਗਿਆ। ਸਖੀਏ ਵੀ ਦੇਵਾਂਗੀ, ਜ਼ਾਤ ਨੂੰ ਵੀ ਦੱਸਾਂਗੀ, ਮੈਂ ਤੇਰਾ ਪੇਸ਼ਾ ਲੈਣਾ ਲੈਣਾ, ਮੈਂ ਤੇਰਾ ਸੱਜਰਾ ਆਬੂ ਹਾਂ। ਵੇ ਤੂੰ ਮੁੱਕਣ ਦੇ ਡੇਰਾ ਨੂਰਪੁਰ ਬਣਾਇਆ, ਉਦੋਂ ਤੂੰ ਕਿਹਦੀ ਚੇਲਾ ਸੀ? ਵੇ ਨੂਰਪੁਰ ਆ ਕੇ ਪੁੱਛ ਲੈਣ ਜਿਹੜੇ ਮਰਜ਼ੀ ਪਾਕਪਤਨ ਜੋੜ, ਕੌਣ ਮਰਜ਼ੀ ਆ ਕੇ ਪੁੱਛ ਲਓ ਕਿ ਤੂੰ ਚੇਲਾ ਕਿਹਦੀ ਆ। ਤੂੰ ਮੈਨੂੰ ਡਰਾਉਣ ਡਈ ਆ? ਮੈਂ ਨਹੀਂ ਤੇ ਕੋਈ ਡਰਨਾ, ਐਨੇ ਨੇ ਵਾਲਾਂ ਦੇ ਉੱਤੇ ਤੂੰ ਦੁਪੱਟਾ ਲੈ ਕੇ ਬਹਿੰਦੀ ਆ ਮੈਡਮ ਬਣ ਕੇ, ਵੇ ਮੈਡਮ ਮੈਂ ਆ, ਵੇ ਮਹਾਰਾਣੀ ਮੈਂ ਆ, ਨੈਕ ਚੌਧਰੀ ਮੈਂ, ਵੇ ਗੁਰੂਆਂ ਵਾਲੀ, ਵੇ ਚੇਲਿਆਂ ਵਾਲੀ, ਵੇ ਪਾਕਪਤਨ 'ਚ ਰਹਿੰਦੀ ਆ ਮਹਾਰਾਣੀ, ਵੇ ਸਾਡੇ ਡੇਰੇ ਡੰਡੇ, ਵੇ ਤੇਰੇ ਕੋਲ ਹੈ ਕੀ ਆ? ਤੂੰ ਮੈਨੂੰ ਤਾਨੇ ਮਾਰਦਾ ਤਾਂ ਮੈਨੂੰ ਐਂ ਕਰਕੇ ਦੱਸਦਾ, ਮੈਂ ਨਹੀਂ ਤੇ ਤੋਂ ਡਾਨਾ। ਪਹਿਲੇ ਨੂਰਪੁਰੋਂ ਜਾ ਕੇ ਭਾਵਾਂ ਪੁੱਛਣਾ ਤਾਂ ਭਾਵਾਂ ਪਾਕਪਤਨ ਨੂੰ ਪੁੱਛਣਾ, ਤੂੰ ਤਾਂ ਮੇਰੇ ਕੋਲ ਪਾਕ ਹੋਣ ਆਈ ਸੀ ਪਾਕਪਤਨ, ਤੇਰੇ ਨਾਲ ਦੋ ਚੇਲੇ ਸੀਗੇ, ਮੈਂ ਕਿਹਾ ਇੱਦਾਂ ਮੈਂ ਪਾਕ ਨਹੀਂ ਕਰਨਾ, ਆਪਣੇ ਮਾਲਕ ਲਿਆ, ਅੱਜ ਤੂੰ ਮੁੱਕਰਦੀ ਆ। ਸੁਣ ਲਓ ਪੂਰੀ ਜ਼ਾਤ, ਛੋਟੀਆਂ ਵੱਡੀਆਂ ਮਾਈਆਂ ਸੁਣ ਲਓ, ਮੈਂ ਹੱਥ ਬੰਨ ਕੇ ਅਰਜ਼ ਕਰਦੀ ਹਾਂ, ਮੈਂ ਕਿਸੇ ਨਾਲ ਮੇਰੀ ਕੋਈ ਅਦਾਵਤ ਨਹੀਂ, ਮੈਂ ਇਹਦੀ ਗੱਲ ਦਾ ਜਵਾਬ ਦੇਵਾਂਗੀ ਇਨਸ਼ਾਲਾ ਤਾਲਾ। ਐ ਜ਼ਿਹਨ 'ਚ ਰੱਖੇ, ਇਹ ਬਣਦੀਆਂ ਨੱਠ ਨੱਠ, ਮੈਂ ਖੁਸਰਾ, ਵੇ ਤੂੰ ਤਾਂ ਗੰਦਾ ਹਾਲੇ, ਵੇ ਤੂੰ ਤਾਂ ਗੰਦਾ ਵਾਂ, ਪਹਿਲੇ ਅੱਬੂ ਨੂੰ ਤਾਂ ਪਹਿਚਾਣ ਲਾ, ਸਾਰੀ ਜ਼ਾਤ ਸੁਣ ਵੇ, ਇਹਨੇ ਹੁੱਕਾ ਪਾਣੀ ਕਿਸੇ ਮੂਰਤ ਦਾ ਬੰਦ ਕੀਤਾ, ਕੋਈ ਪੇਸ਼ਾ ਪੂਸ਼ਾ ਇਹਦਾ ਨਾ ਕੋਈ ਦਵੇ ਨਾ ਲਵੇ, ਮੈਂ ਅੰਜਮ ਚੌਧਰੀ ਕਹਿ ਰਹੀ ਹਾਂ, ਇਹਦੇ ਪੇਸ਼ੇ ਨਾ ਮਨਜ਼ੂਰ ਹੀ ਆ, ਜ਼ਿਹਨ 'ਚ ਰੱਖਿਓ। ਬੇ ਨਸੀਬੋ ਨੂੰ ਪੁੱਛ, ਆਸ਼ੀ ਭਾਈ ਫੇਰ ਵਾਲੀ ਨੂੰ ਪੁੱਛ, ਬੀਨਾ ਨੂੰ ਪੁੱਛ, ਕਿ ਤੂੰ ਉਹਨਾਂ ਦੇ ਸਾਹਮਣੇ ਕਹਿੰਦਾ ਨਹੀਂ ਸੀ ਮੇਰਾ ਗੁਰੂ ਆਇਆ, ਮੇਰਾ ਗੁਰੂ ਆਇਆ, ਮੇਰਾ ਗੁਰੂ ਆਇਆ, ਅੱਜ ਮੁੱਕਰ ਨਹੀਂ ਡਾਈ ਆ? ਤੂੰ ਤਾਂ ਮੁੱਕਰ ਜਾਏਗੀ, ਸਾਤ ਨਹੀਂ ਮੁੱਕਰਦੀ ਹੁੰਦੀ। ਐ ਜ਼ਿਹਨ 'ਚ ਰੱਖੀ, ਮੈਂ ਤੇਰਾ ਪੇਸ਼ਾ ਲੈਣਾ, ਮੈਂ ਤੇਰਾ ਅੱਬੂ ਹਾਂ। ਪਾਕਿਸਤਾਨ ਜ਼ਿੰਦਾਬਾਦ।